ਮੈਨੂੰ ਮਾਣ ਨਿਮਾਣੇ ਨੂੰ ਜੀ ਮੈਨੂੰ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇ ਮੈਨੂੰ ਮਾਣ ਨਿਮਾਣੇ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਮਾਣ ਨਿਮਾਣੇ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗ ਜੀਓ ਵੱਡਿਆਂ ਭਾਗਾਂ ਵਾਲੇ ਪਿਆਰਿਓ ਜੋ ਐਸੇ ਸੁਭਾਗੀਆਂ ਸਮਿਆਂ ਦੇ ਖੁਸ਼ੀ ਭਰੇ ਸਮਿਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦਾ ਆਪਾਂ ਨੂੰ ਸਾਰਿਆਂ ਨੇ ਸੁਭਾਗ ਮਿਲਿਆ। ਸਤਸੰਗ ਵਿੱਚ ਬੈਠਣ ਦਾ ਆਪਾਂ ਨੂੰ ਸੁਭਾਗ ਮਿਲਿਆ। ਆਓ ਜਿੰਨਾ ਵੀ ਸਮਾਂ ਆਪਾਂ ਲਾਉਣਾ ਇਕਾਗਰਤਾ ਸਾਰਿਆਂ ਨੇ ਬਣਾਉਣੀ, ਧਿਆਨ ਆਪਣਾ ਸਾਰਿਆਂ ਦਾ ਸੁਣਨ ਵਿੱਚ ਆਸੇ ਪਾਸੇ ਨਾ ਫਟ ਫਟ ਗੱਲਾਂ ਆਪਾਂ ਜਦੋਂ ਦੇ ਜੰਮੇ ਉਦੋਂ ਦੇ ਕਰੀ ਜਾਂਦੀਆਂ। ਬੱਚਾ ਵੀ ਜਦੋਂ ਹੁੰਗਾਰਾ ਭਰਨ ਲੱਗ ਪੈਂਦਾ ਉਦੋਂ ਆਪਾਂ ਕਹੀਦਾ ਹੁਣ ਗੱਲਾਂ ਕਰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਛੋਟਾ ਜਿਹਾ ਬੱਚਾ ਅੱਗੋਂ ਹੁੰਗਾਰਾ ਭਰਦਾ ਨਾ ਕਹਿਣਾ ਹੁਣ ਹੁੰਗਾਰੇ ਭਰਦਾ ਗੱਲਾਂ ਕਰਨ ਲੱਗ ਪਿਆ। ਲੈ ਉਦੋਂ ਦੀਆਂ ਗੱਲਾਂ ਸ਼ੁਰੂ ਹੋਈਆਂ, ਇਹ ਖਤਮ ਨਹੀਂ ਹੋਈਆਂ। ਲੈ ਇੰਨੀ ਕੁ ਲਗਾਮ ਦੇ ਲਿਆ ਕਰੀਏ ਜ਼ਬਾਨ ਨੂੰ ਕਿ ਜਦੋਂ ਸਤਸੰਗ ਹੁੰਦਾ ਉਦੋਂ ਇਹਨੂੰ ਚੁੱਪ ਕਰਾ ਦਈਏ ਤੇ ਕੰਨਾਂ ਨੂੰ ਸੁਣਨ ਵਾਸਤੇ ਆਗਿਆ ਦੇ ਦਈਏ ਵੀ ਹੁਣ ਸੁਣੋ ਬਹਿ ਕੇ ਆਪਣੇ ਸਤਨਾਮ ਸ਼੍ਰੀ ਵਾਹਿਗੁਰੂ। ਹੁਕਮ ਹੋਇਆ ਸੀ ਜੀ
ਜਦੋਂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੀ ਨਾ, ਉਦੋਂ ਥੋੜੇ ਦਿਨ ਪਹਿਲਾਂ ਇੱਥੇ ਦੀਵਾਨ ਲਾਇਆ ਸੀ ਪਿੰਡ ਵਿੱਚ, ਤੇ ਗੁਰੂ ਰਵਿਦਾਸ ਮਹਾਰਾਜ ਜੀ ਤੇ ਬੀਬੀ ਰੂਪਵਤੀ ਉਹਨਾਂ ਦੀ ਸਾਖੀ ਸਾਂਝੀ ਕੀਤੀ ਸੀ ਮੈਂ, ਤੇ ਹੁਕਮ ਹੋਇਆ ਸੀ ਉਹ ਸੁਣਾਈ ਜਾਵੇ। ਆਪਾਂ ਸਾਰਿਆਂ ਨੇ ਇਕਾਗਰਤਾ ਨਾਲ ਸੁਣਨੀ, ਰੌਲਾ ਨਾ ਪਾਈਏ, ਸਤਿਗੁਰਾਂ ਦੇ ਚਰਨਾਂ ਚ ਆਪਣੀ ਸਾਰਿਆਂ ਦੀ ਹਾਜ਼ਰੀ ਲੱਗ ਜਾਵੇ। ਇਹ ਜਿਹੜੇ ਕਾਰਜ ਕੀਤੇ ਸਫਲੇ ਤਾਂ ਹੁੰਦੇ ਆ ਜੇ ਆਪਾਂ ਸੁਣਾਂਗੇ, ਸਤਸੰਗ ਸੁਣਾਂਗੇ। ਜਿਹਨੇ ਸੁਣ ਲਿਆ ਸਤਸੰਗ ਕੀਤਾ ਉਹਦੇ ਵਾਸਤੇ ਸਫਲਾ ਹੋ ਗਿਆ, ਸਤਨਾਮ ਸ੍ਰੀ ਵਾਹਿਗੁਰੂ ਉਹਦੇ ਲਈ ਸਫਲਾ ਹੋ ਗਿਆ ਜੀ, ਜਿਹਨੇ ਸੁਣ ਲਿਆ। ਤੇ ਜਿਹਨੇ ਸੁਣਿਆ ਹੀ ਨਾ ਫੇਰ ਨੀ ਗੱਲ ਬਣਦੀ। ਇਸ ਕਰਕੇ ਸਤਿਗੁਰਾਂ ਦੀ ਬਾਣੀ ਵੀ ਸੁਣ ਕੇ ਗੱਲ ਬਣਨੀ, ਸਤਸੰਗ ਵੀ ਸੁਣ ਕੇ ਫੇਰ ਹੀ ਗੱਲ ਬਣਦੀ। ਸੁਣ ਲੈ ਵੱਡ ਭਾਗੀਆ, ਸਤਿਗੁਰ ਦੀ ਅੰਮ੍ਰਿਤ ਬਾਣੀ। ਸੁਣ ਲੈ ਵੱਡ ਭਾਗੀਆ, ਸਤਿਗੁਰ ਦੀ ਅੰਮ੍ਰਿਤ ਬਾਣੀ। ਸੁਣ ਲੈ ਵੱਡ ਭਾਗੀਆ, ਸਤਿਗੁਰ ਦੀ ਅੰਮ੍ਰਿਤ ਬਾਣੀ। ਸੁਣ ਲੈ ਸੁਣ ਲੈ ਵੱਡ ਭਾਗੀਆ, ਸਤਿਗੁਰ ਦੀ ਅੰਮ੍ਰਿਤ ਬਾਣੀ। 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 ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ। ਸਤਿਗੁਰ ਦੀ ਅੰਮ੍ਰਿਤ ਬਾਣੀ, 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 ਸਤਿਗੁਰ ਦੀ ਅੰਮ੍ਰਿਤ ਬਾਣੀ। ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ। ਸੁਣ ਲੈ ਵੱਡ ਭਾਗੀਆ, ਸਤਿਗੁਰ ਦੀ ਅੰਮ੍ਰਿਤ ਬਾਣੀ। ਸੁਣ ਲੈ ਵੱਡ ਭਾਗੀਆ, ਸਤਿਗੁਰ ਦੀ ਅੰਮ੍ਰਿਤ ਬਾਣੀ। ਸੁਣ ਲੈ ਵੱਡ ਭਾਗੀ, ਪਿਆਰ ਨਾਲ ਸੁਣੀਏ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਤੇ ਬੀਬੀ ਰੂਪਵਤੀ ਦਾ ਪ੍ਰਸੰਗ। ਰੂਪਵਤੀ ਜਿਹੜੀ ਹੈ ਨਾ ਜੀ, ਇਹ ਮੁਲਤਾਨ ਦੀ ਰਹਿਣ ਵਾਲੀ ਹੈ, ਮੁਲਤਾਨ। ਤੇ ਜਦੋਂ ਇਹ ਪ੍ਰਸੰਗ ਪੜ੍ਹੀਏ ਜਾਂ ਸੁਣੀਏ ਬੜੀ ਹੈਰਾਨੀ ਆਉਂਦੀ ਆ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਤੁਸੀਂ ਕਿੰਨੇ ਬਿਆਨ
ਕੋਈ ਕਿਤੇ ਵੀ ਬੈਠਾ ਜੇ ਤੇ ਤੇਰੀ ਮਿਹਰ ਦੀ ਨਿਗਾਹ ਹੋ ਗਈ ਉਹਨੂੰ ਉੱਥੋਂ ਹੀ ਖਿੱਚ ਲੈਣਾ ਆਪਣੇ ਵੱਲ ਨੂੰ ਆਖੋ ਸਤਨਾਮ ਉੱਥੋਂ ਹੀ ਖਿੱਚ ਲੈਣਾ ਮੁਲਤਾਨ ਵਿੱਚ ਰਹਿੰਦੀ ਬੀਬੀ ਰੂਪਵਤੀ ਪਰਿਵਾਰ ਸਾਰਾ ਇਹਦੇ ਮਾਤਾ ਪਿਤਾ ਆ ਹੋਰ ਵੀ ਸਾਰੇ ਭੈਣ ਭਰਾ ਸਾਰਾ ਹੀ ਜਿਹੜਾ ਪਰਿਵਾਰ ਆ ਨਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਾ ਧਿਆਨ ਨਾਲ ਸੁਣਿਆ ਪਰ ਜਿਹੜੀ ਰੂਪਵਤੀ ਆ ਅੰਮ੍ਰਿਤ ਵੇਲੇ ਇਹ ਵੀ ਉੱਠਦੀ ਆ ਨਾਮ ਇਹ ਵੀ ਜਪਦੀ ਆ ਪਰ ਹੈ ਵੱਖਰੀ ਸਾਰੇ ਪਰਿਵਾਰ ਵਾਲਾ ਇਹ ਵੱਖਰੀ ਪਤਾ ਕਿਉਂ ਬਾਕੀ ਪਰਿਵਾਰ ਸਾਰਾ ਹੀ ਮੰਗਾ ਮੰਗੀ ਜਾਂਦਾ ਇਹ ਨਾਮ ਜਪ ਕੇ ਬਸ ਇਹ ਕਹਿੰਦੀ ਸੀ ਹੇ ਭਗਵਾਨ ਮੈਨੂੰ ਹੋਰ ਕੁਛ ਨੀ ਚਾਹੀਦਾ ਮੈਨੂੰ ਤੂੰ ਚਾਹੀਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਅੰਮ੍ਰਿਤ ਵੇਲੇ ਉੱਠਣ ਵਾਲੇ ਆਪਣੇ ਪਿੰਡ ਵਿੱਚ ਵੀ ਬਥੇਰੇ ਹੋਣੇ ਆ ਜਿਹੜਾ ਸਤਿਗੁਰਾਂ ਨੇ ਮੰਗੇ ਉਹ ਵਿਰਲੇ ਹੋਣੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਵਿਰਲੇ ਇੱਕ ਦਿਨ ਇੰਨਾ ਵਿਰਾਗ ਵਧਿਆ ਰਾਤ ਨੂੰ ਬਾਕੀ ਸਾਰੇ ਸੌਂਗ ਹੈ ਇਹ ਚੌਂਕੜਾ ਲਾ ਕੇ ਬੈਠੀ ਆ ਤੇ ਅਰਦਾਸਾਂ ਪਤਾ ਕੀ ਕਰਦੀ ਆ ਹੇ ਭਗਵਾਨ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਅੱਖਾਂ ਵਿੱਚੋਂ ਜਲ ਵਹਿ ਰਿਹਾ ਉਸ ਰਾਤ ਨੂੰ ਇਹਨੂੰ ਆਕਾਸ਼ਬਾਣੀ ਹੋਈ ਆਕਾਸ਼ਬਾਣੀ ਕਹਿੰਦੇ ਧੀਏ ਮੈਨੂੰ ਮਿਲਣਾ ਕਹਿੰਦੇ ਹਾਂਜੀ ਕਹਿੰਦੇ ਤੈਨੂੰ ਪਤਾ ਨੀ ਮੈਂ ਬੇਗੁਰਿਆਂ ਨੂੰ ਹੀ ਮਿਲਦਾ ਹੁੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਬੇਗੁਰਿਆਂ ਨੂੰ ਹੀ ਮਿਲਦਾ ਮੈਂ ਗੁਰੂ ਵਾਲਿਆਂ ਨੂੰ ਮਿਲਦਾ ਹੁੰਦਾ ਤੇ ਤੂੰ ਤੇ ਜੇ ਬੇਗੁਰੀ ਆ ਤੂੰ ਗੁਰੂ ਵਾਲੀ ਥੋੜੋ ਬਣੀ ਉਹ ਕਹਿੰਦੀ ਜੀ ਬਚਪਨ ਤੋਂ ਇੱਛਾ ਆ ਕਿ ਮੈਂ ਗੁਰੂ ਵਾਲੀ ਬਣਾ ਪੂਰਾ ਗੁਰੂ ਲੱਭਿਆ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੂਰਾ ਗੁਰੂ ਨਹੀਂ ਲੱਭਿਆ ਹੁਣ ਕਿਰਪਾ ਕਰੋ ਤੁਹਾਡੀ ਆਵਾਜ਼ ਤੇ ਮੇਰੇ ਕੰਨਾਂ ਨੂੰ ਮੋਹ ਰਹੀ ਆ ਤੁਹਾਡੇ ਦਰਸ਼ਨ ਮੇਰੀਆਂ ਤੁਹਾਡੇ ਦਰਸ਼ਨਾਂ ਨੂੰ ਮੇਰੀਆਂ ਅੱਖਾਂ ਤਰਸ ਰਹੀਆਂ ਦੀਦਾਰੇ ਬਖਸ਼ੋ ਮੈਨੂੰ ਜੇ ਨਹੀਂ ਦਰਸ਼ਨ ਦੇਣੇ ਤੇ ਭਾਵੇਂ ਹੁਣੇ ਹੀ ਜਿੰਦ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਹਾਂ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜੇ ਤੂੰ ਮੈਨੂੰ ਐਵੇਂ ਰੱਖਣਾ ਜਿੰਦ ਕੱਢ ਲੈ ਜਿੰਦ ਕੱਢ ਲੈ ਸਰੀਰ ਵਿੱਚੋਂ
ਹਾਸਰੀ ਵਿਸ਼ੋ ਮੇਰੀ ਜੇ ਤੂੰ ਮੈਨੂੰ ਮੈਂ ਨਹੀਂ ਰੱਖ ਜਿੰਦ ਕੱਢ ਲੈ ਸਰੀਰ ਵਿੱਚੋਂ ਗੁਰੂ ਵਾਲਿਆਂ ਨੂੰ ਮਿਲਦਾ ਹੁੰਦਾ ਕਹਿੰਦੀ ਜੀ ਮੈਨੂੰ ਪੂਰਾ ਗੁਰੂ ਲੱਭਿਆ ਹੀ ਨਹੀਂ ਬਚਪਨ ਤੋਂ ਹੀ ਲੱਭਦੀ ਫਿਰਦੀ ਕੋਈ ਨੀ ਪੂਰਾ ਗੁਰੂ ਲੱਭਿਆ ਕਹਿੰਦੇ ਪੂਰੇ ਗੁਰੂ ਦੇ ਲੜ ਲੱਗਣਾ ਕਹਿੰਦੇ ਹਾਂਜੀ ਕਹਿੰਦੇ ਉੱਥੇ ਕੰਛੀ ਵਿੱਚ ਰਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦਾ ਨਾਮ ਆ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਅਸੀਂ ਆਪ ਹੀ ਆਏ ਹੋਏ ਹਾਂ ਆਪ ਹੀ ਆਏ ਹਾਂ ਲੈ ਧੀਏ ਦੇਖ ਉੱਪਰ ਨੂੰ ਕਿਤੇ ਭੁਲੇਖੇ ਵਿੱਚ ਨਾ ਫਸ ਜੀ ਉੱਥੇ ਵੀ ਪਖੰਡੀ ਬਹੁਤੇ ਬੈਠੇ ਆ ਤੈਨੂੰ ਦਰਸ਼ਨ ਕਰਾਉਂਦੇ ਆ ਉਸ ਰਾਤ ਨੂੰ ਰੂਪਵਤੀ ਨੂੰ ਸਾਰੇ ਆਕਾਸ਼ ਵਿੱਚ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਆਕਾਸ਼ ਦੇ ਵਿੱਚ ਦਰਸ਼ਨ ਕਰਕੇ ਨਿਹਾਲ ਹੋ ਗਏ ਮਨ ਵਿੱਚ ਪੱਕਾ ਯਕੀਨ ਬਣ ਗਿਆ ਨਿਸ਼ਚਾ ਕਰ ਲਿਆ ਜੇ ਮੈਂ ਗੁਰੂ ਧਾਰਨਾ ਤੇ ਇਹਨਾਂ ਨੂੰ ਧਾਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਸਤਿਗੁਰ ਨੇ ਮਨ ਮੋਇਆ ਹਾਂ ਮੇਰਾ ਸਤਿਗੁਰ ਨੇ ਮਨ ਮੋਇਆ ਨੈਣੀ ਬਸ ਬਸ ਕੇ ਮੇਰਾ ਸਤਿਗੁਰ ਨੇ ਮਨ ਮੋਇਆ ਨੈਣੀ ਬਸ ਬਸ ਕੇ ਮੇਰਾ ਸਤਿਗੁਰ ਨੇ ਮਨ ਮੋਇਆ ਨੈਣੀ ਬਸ ਬਸ ਕੇ ਸਤਿਗੁਰ ਨੇ ਮਨ ਮੋਹਿਆ ਵਸ ਵਸ ਕੇ ਮੇਰਾ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ ਮੇਰਾ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ ਮੇਰਾ ਸਤਿਗੁਰ ਨੇ ਮਨ ਮੋਹਿਆ ਜੀ ਨੈਣੀ ਵਸ ਵਸ ਕੇ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ ਮੇਰਾ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ ਮੇਰਾ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ ਮੇਰਾ ਸਤਿਗੁਰ ਨੇ ਮਨ ਮੋਹਿਆ ਵਸ ਵਸ ਸਤਿਗੁਰ ਨੇ ਮਨ ਮੋਹਿਆ ਨੈਣੀ ਬਸ ਬਸ ਕੇ
ساری رات نیند نہیں آئی جدو دیدارے ہو گئے دن چڑھیا ہوں ڈرتی آ کہ میں اپنے پتا نو دسا کہ بھی مینو راتی آکاش بانی ہوئی سی آکاش بانی دے وچ مینو ایدا درشن بھی ہوئے ست گرو گرو رویداس مہاراج جی دے تے جے میں دسیا انہوں نے کہنا ہے کملی کی کرتی بولا تینوں آکاش بانی ہونی تینوں کتنا پتا کانچی میں ست گرو گرو رویداس مہاراج جی بھی کوئی ہے دو دن لنگ گئے جی سوچنی نہیں تیسرے دن پتا نے آپ ہی پوچھ لیا تھی یہ کی گل ہوئی بڑی اداس دس ہفتہ کہ پتا جی دو دن پہلے رات میں مینو آکاش بانی ہوئی آکاش بانی دے بچے نا بھگوان نے کیا میں بے گریاں نوں نہیں ملدا میں گرو والیاں نوں ملدا تو میں جدو کیا جی مینو پورا گرو نہیں لبیا انہوں نے نالے مینو سارے آکاش بچ درشن کرائے ستگرو گرو رویداس مہاراج جی کہتے آیا انہوں کا نام ستگرو گرو رویداس مہاراج جی آتے رہتے کنچی بچے آ جی پورے دے لڑ لگنا تو پورے یہی آخو سات پورے ہوں میرا من اداس اس کر کے آ میرا اندر تڑف دا ستگران دے دیدار آ رہا کہتے تھی یہ تو ادنی کیوں نہیں دسیا کہتے میں کہا تھی گمو نہ ایک کملی کی کر دیا کہندے جے تے ہوندا اپنا پروار سارا ہی من مکھاں دا پھر تے کہہ دینا سی کمل کٹ دی آپا تے سارے امرت ویلے اٹھن والے نام جپن والے ہاں سارے دے سارے ایتھے کہنے کہنا یہ گل تھوڑا کسے نے کہنی لے تیے تیرا اندر تڑف دا ستگراں دے درشناں نوں تو اجے ہی تیاری کر اجے تر پینا کو ستنا شری واہگرو ادنی کی تیاری بڑا چا من پیدل جا رہے ہیں یاترا کرتے رستے میں رات بھی کٹ رہے ہیں من ڈردا بھی آ کہ ستگرو کہہ نہ دین کہ تھی کون آ کتوں آئے اسی نہیں نام دان دینا آپ کو ست ہاں شری واہگرو اسی نہیں تمہیں اپنے بنا ادھر دیا سوچا سوچ دے رستے میں راتاں کٹ دے پہنچ گئے ستگرو گرو رویداس مہاراج جی کے چرنوں میں ستگرو نیتر بند کر کے بیٹھے تے روپتی نے جا کے متھا ٹیکیا انہاں دے پتا نے بھی متھا ٹیکیا تے روپتی اپنے پتا نوں کی کہندی آ کہندی پتا جی جڑے رات نوں مینوں درشن ہوئے سی نا اوہی ستگرو سامنے بیٹھے آ آکھو ستنام اوہی ستگرو بیٹھے آ ہوں من گھاڑت گھٹتی آ کہ ستگرو گرو رویداس مہاراج جی دو جدو پوچھن گے کتوں آئے ہیں تو میں کی جواب دوں گا جدو ستگرو پوچھن گے بھی ساڈا پتا کہ نہیں دسیا میں کی جواب دوں گی میں گل کتوں شروع کروں گی یہ پتا ہی نہیں جہے ستگرو کے چرنوں میں آئی ہیں وہ دل دیا جان رہے ہیں آپ کو ستنا سب دے دلاں دیاں جانے ہائے او تا سب دے دلاں دیاں جانے گرو میرا اندر جامی او تا سب دے دلاں دیاں جانے گرو میرا اندر جامی او تا سب دے دلاں دیاں جانے گرو میرا اندر جامی سب دے دلاں دیاں جان گرو میرا اندر جانی او تا سب دے دلاں دیاں جان گرو میرا اندر جانی او تا سب دے دلاں دیاں جان گرو میرا اندر جانی اندر جانی گرو میرا اندر جامی گرو میرا انتر جامی
ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਮੀ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਮੀ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਮੀ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਮੀ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਮੀ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣ ਗੁਰੂ ਮੇਰਾ ਅੰਤਰ ਜਾਮੀ ਉਹ ਤੇ ਸਭ ਦੇ ਦਿਲਾਂ ਦੀਆਂ ਜਾਣਦੇ ਆ ਜਦੋਂ ਸਤਿਗੁਰਾਂ ਨੇ ਨੇਤਰ ਖੋਲੇ ਇਹ ਸੋਚਦੀ ਹੈ ਮੈਂ ਗੱਲ ਕਿੱਥੋਂ ਸ਼ੁਰੂ ਕਰਾਂਗੀ ਤੇ ਸਤਿਗੁਰੂ ਨੇਤਰ ਖੋਲ ਕੇ ਕਹਿੰਦੇ ਰੂਪਵਤੀ ਆ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੂਪਵਤੀ ਆ ਗਈਆਂ ਤੇ ਭੱਜ ਕੇ ਚਰਨਾਂ ਤੇ ਦੌੜ ਕੇ ਡਿੱਗ ਪਈ ਢਹਿ ਪਈ ਚਰਨਾਂ ਤੇ ਕਿ ਮੈਂ ਸੋਚਦੀ ਸੀ ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਕਮਲੀ ਸੀ ਇਹ ਚੇਤਾ ਹੀ ਭੁੱਲ ਗਿਆ ਸੀ ਜਿਹੜੇ ਪੂਰੇ ਸਤਿਗੁਰੂ ਹੁੰਦੇ ਉਹ ਦਿਲ ਦੀਆਂ ਜਾਣਦੇ ਹੁੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੇ ਮਨ ਦੀ ਬੁੱਝ ਲੈਂਦੇ ਆ ਜੀ ਸਤਿਗੁਰੂ ਕਹਿੰਦੇ ਰੂਪਤੀ ਦੱਸ ਐਡੀ ਦੂਰੋਂ ਆਈ ਕੀ ਕਰਨ ਵਾਸਤੇ ਆਈ ਕਹਿੰਦੀ ਸਤਿਗੁਰੂ ਤੁਸੀਂ ਤੇ ਜਾਣੀ ਜਾਣਿਆ ਮੈਨੂੰ ਬੋਲਣ ਦੀ ਲੋੜ ਨਹੀਂ ਆਪ ਹੀ ਬੁੱਝ ਲਿਆ ਰੂਪਤੀ ਆ ਮੈਂ ਆਪ ਹੀ ਬੁੱਝ ਲਿਆ ਐਡੀ ਦੂਰੋਂ ਆਈ ਆ ਤੂੰ ਹੁਣ ਇਹ ਵੀ ਪਤਾ ਹੀ ਆ ਮੈਂ ਕੀ ਕਰਨ ਵਾਸਤੇ ਆਈ ਆਖੋ ਸਤਨਾਮ ਸ੍ਰੀ ਵਾਹ ਸਤਿਗੁਰੂ ਕਹਿੰਦੇ ਤੇ ਬੋਲਣਾ ਹੀ ਪੈਣਾ ਤੇ ਕੀ ਕਹਿੰਦੀ ਰੂਪਤੀ ਸਤਿਗੁਰਾਂ ਦੇ ਚਰਨਾਂ ਚ ਮੈਨੂੰ ਆਪਣਾ ਬਣਾ ਲੈ ਕੰਛੀ ਵਾਲਿਆ ਭਾਵੇਂ ਮੈਂ ਮੰਦੀ ਆ ਭਾਵੇਂ ਚੰਗੀ ਆ ਬਸ ਮੈਨੂੰ ਆਪਣੀ ਬਣਾ ਲੈ ਮੈਨੂੰ ਆਪਣਾ ਬਣਾ ਲੈ ਕੰਛੀ ਵਾਲਿਆ ਮਾੜੇ ਚੰਗੇ ਤੇਰੇ ਬੰਦੇ ਹਾਂ ਮੈਨੂੰ ਆਪਣਾ ਬਣਾ ਲੈ ਕਾਂਛੀ ਵਾਲਿਆ ਮਾੜੇ ਚੰਗੇ
ਸਤਿਗੁਰਾਂ ਨੇ ਮੇਰਾ ਭਰਿਆ ਹੱਥ ਰੱਖਿਆ ਸਿਰ ਤੇ ਨਾਮ ਦ੍ਰਿੜ ਕਰਵਾਇਆ ਗੁਰਮਨ ਪਰ ਨਾਮ ਸ਼ਬਦ ਦੀਆਂ ਦਾਤਾਂ ਬਖਸ਼ਿਸ਼ ਕਰਤੀਆਂ ਨਾਲ ਹੀ ਕਹਿੰਦੀ ਮੀਰਾਂ ਵਾਂਗੂ ਸਤਿਗੁਰੂ ਜੀ ਹੁਣ ਮੇਰਾ ਭਰਿਆ ਹੱਥ ਤੇ ਰੱਖਿਆ ਆ ਐਸੀ ਕਿਰਪਾ ਕਰਿਓ ਤੁਹਾਡੇ ਨਾਮ ਦੇ ਵਿੱਚ ਮਗਨ ਹੀ ਰਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਕਹਿੰਦੇ ਬਹੁਤੀ ਵੱਡੀ ਦਾਤ ਨਾਮ ਦੀਆਂ ਦਾਤਾਂ ਵੀ ਮਿਲ ਗਈਆਂ ਨਾਮ ਵਿੱਚ ਐਸੀ ਮਗਨ ਹੋ ਗਈ ਸਤਿਗੁਰੂ ਕਹਿੰਦੇ ਕੀ ਪ੍ਰਾਪਤ ਹੋਇਆ ਕਹਿੰਦੀ ਉਹ ਆਨੰਦ ਮਿਲ ਗਿਆ ਜਿਹੜਾ ਜਨਮ ਤੋਂ ਲੈ ਕੇ ਅੱਜ ਤੱਕ ਹਜੇ ਉਹਦੇ ਕੋਲ ਦੀ ਵੀ ਨਹੀਂ ਸੀ ਲੰਘੀ ਸੀ ਐਸੇ ਆਨੰਦ ਦੇ ਉਹ ਆਨੰਦ ਮੈਨੂੰ ਪ੍ਰਾਪਤ ਹੋ ਗਿਆ ਜਿਹੜਾ ਜਨਮ ਤੋਂ ਲੈ ਕੇ ਹੁਣ ਤੱਕ ਨਹੀਂ ਮਿਲਿਆ ਉਹ ਆਨੰਦ ਮਿਲ ਗਿਆ ਅੱਜ ਸਮਝ ਆ ਗਈ ਦੁਆਰ ਦਸ ਮੇਰਾ ਖੋਲ ਦੇ ਨਿਤਾਲਾ ਦੁਆਰ ਦਸ ਮੇਰਾ ਖੋਲ ਦੇ ਨਿਤਾਲਾ ਦੁਆਰ ਦਸ ਮੇਰਾ ਖੋਲ ਦੇ ਨਿਤਾਲਾ ਹਾਂ ਕੁੰਜੀ ਹੱਥ ਸਤਿਗੁਰਾਂ ਦੇ ਕੁੰਜੀ ਹੱਥ ਸਤਿਗੁਰਾਂ ਦੇ ਜੀ ਕੁੰਜੀ ਹੱਥ ਸਤਿਗੁਰਾਂ ਦੇ ਕੁੰਜੀ ਹੱਥ ਸਤਿਗੁਰਾਂ ਦੇ ਜੀ ਕੁੰਜੀ ਹੱਥ ਸਤਿਗੁਰਾਂ ਦੇ 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 ਦੁਆਰ ਦਸ ਮੇਰਾ ਖੋਲ ਦੇ ਕੁੰਜੀ ਸਤਿਗੁਰਾਂ ਦੇ ਹੱਥ ਆ ਕਈ ਦਿਨ ਰੂਪਵਤੀ ਤੇ ਉਹਦੇ ਪਿਤਾ ਜੀ ਰਹੇ ਉੱਥੇ ਸੇਵਾ ਕੀਤੀ ਸਿਮਰਨ ਕੀਤਾ ਸਤਿਗੁਰਾਂ ਦੇ ਵਚਨ ਸੁਣੇ ਵਾਪਸ ਮੁਲਤਾਨ ਆ ਗਈ ਮੁਲਤਾਨ ਦੇ ਰਹਿਣ ਵਾਲੀ ਸੀ ਉੱਥੇ ਦਰਸ਼ਨ ਹੋਏ ਆਕਾਸ਼ਵਾਣੀ ਹੋਈ ਕਿ ਧੀਏ ਜੇ ਪੂਰੇ ਗੁਰੂ ਦੇ ਲੜ ਲੱਗਣਾ ਉਹ ਕਾਂਸ਼ੀ ਵਿੱਚ ਰਹਿੰਦਾ ਭਗਵਾਨ ਕਹਿੰਦੇ ਆਕਾਸ਼ਵਾਣੀ ਰਾਹੀਂ ਜੇ ਮੇਰੇ ਦਰਸ਼ਨ ਕਰਨੇ ਆ ਤੇ ਪੂਰੇ ਗੁਰੂ ਦੇ ਲੜ ਲੱਗ ਫਿਰ ਜੇ ਪੂਰੇ ਗੁਰੂ ਦੇ ਲੜ ਲੱਗਣਾ ਉਹ ਕਾਂਸ਼ੀ ਵਿੱਚ ਆ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਅੱਛਾ ਵਾਪਸ ਗਈ ਨਾਮ ਦੇ ਵਿੱਚ ਮਗਨ ਰਹਿਣਾ ਐਸੀ ਅਵਸਥਾ ਬਣ ਗਈ ਰਹਿੰਦੀ ਮੁਲਤਾਨ ਵੈਸੀ ਉੱਥੇ ਬੈਠੀ ਸਤਿਗੁਰਾਂ ਨਾਲ ਬਚਨ ਕਰ ਲੈਂਦੀ ਸੀ ਬੈਠੀ ਇਹ ਕਈ ਵਾਰੀ ਸਾਨੂੰ ਇੱਦਾਂ ਦੀਆਂ ਗੱਲਾਂ ਦਾ ਯਕੀਨ ਨਹੀਂ ਆਉਂਦਾ ਪਤਾ ਕਿਉਂ
ਉੱਥੇ ਤੱਕ ਅਜੇ ਅਵਸਥਾ ਪਹੁੰਚੀ ਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹੁੰਚੀ ਨੀ ਅਜੇ, ਜਦੋਂ ਪਹੁੰਚਦੀ ਆ ਯਕੀਨ ਨਹੀਂ ਉਦੋਂ ਆਉਂਦਾ, ਉਦੋਂ ਆਉਂਦਾ। ਬੈਠੀ ਮੁਲਤਾਨ ਵਿੱਚ ਆ, ਉੱਥੋਂ ਬੈਠੀ ਨੇ ਸਤਿਗੁਰਾਂ ਨਾਲ ਬਚਨ ਕਰੀ ਜਾਣੇ। ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਭੰਡਾਰਾ ਕਰੀਏ, ਆਸੇ ਪਾਸੇ ਦੇ ਸਾਰੇ ਸਾਧੂਆਂ ਸੰਤਾਂ ਨੂੰ ਫੱਕਰਾਂ ਨੂੰ ਬੁਲਾਇਆ ਜਾਵੇ, ਤੇ ਇੱਦਾਂ ਹੀ ਸਤਿਗੁਰਾਂ ਨਾਲ ਬਚਨ ਕਰਦੀ ਹੈ ਬੈਠੀ ਮੁਲਤਾਨ ਵਿੱਚ। ਸਤਿਗੁਰੂ ਜੀ, ਇੱਕ ਇੱਛਾ ਜਾਗੀ ਆ ਕਿ ਭੰਡਾਰਾ ਕਰਾਂ ਮੈਂ, ਤੁਹਾਡੀ ਕਿਰਪਾ ਦੇ ਨਾਲ ਇਹ ਕਾਰਜ ਕਰਨਾ। ਪਹਿਲਾਂ ਇਹ ਦੱਸੋ ਤੁਹਾਡੀ ਆਗਿਆ ਹੈ, ਤੁਹਾਡੀ ਹੈ ਆਗਿਆ ਕਿ ਮੈਂ ਭੰਡਾਰਾ ਕਰ ਸਕਦੀ? ਸਤਿਗੁਰੂ ਕਹਿੰਦੇ ਹਾਂ। ਭੰਡਾਰਾ ਕਰਨਾ ਤੇ ਇੱਕ ਗੱਲ ਚੇਤੇ ਰੱਖੀ, ਫਰਕ ਨਹੀਂ ਕਰਨਾ, ਜਿਹੜਾ ਵੀ ਆਉਂਦਾ ਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਭੁੱਖਾ ਨਾ ਜਾਵੇ, ਤੇ ਜਦੋਂ ਸਾਧੂਆਂ ਸੰਤਾਂ ਨੂੰ ਫੱਕਰਾਂ ਨੂੰ ਵੀ ਸੱਦਣਾ, ਇਹ ਨਹੀਂ ਦੇਖਣਾ ਫਲਾਨਾ ਫਲਾਨਿਆਂ ਦੇ ਵਿੱਚੋਂ ਆ, ਫਲਾਨਾ ਫਲਾਨਿਆਂ ਦੇ ਵਿੱਚੋਂ, ਫਲਾਨਾ ਫਲਾਨਿਆਂ ਵਿੱਚੋਂ, ਜਿਹੜੇ ਤੇਰੇ ਇਲਾਕੇ ਦੇ ਸਾਰਿਆਂ ਨੂੰ ਸੱਦੀ, ਉੱਥੇ ਲਾਗੇ ਜਾ ਕੇ ਜਿਹੜੀ ਵੀ ਮੰਡਲੀ ਆਈ ਹੋਈ ਆ ਸਾਰਿਆਂ ਨੂੰ ਬੁਲਾਈ, ਫਰਕ ਨਾ ਕਰੀ ਵੀ ਆਹ ਬਾਬਾ ਮੇਰੇ ਕੋਲ ਦਾ ਆ, ਆਹ ਕਦੀ ਬੋਲਿਆ ਹੀ ਨਹੀਂ ਚੱਜ ਦਾ, ਨਹੀਂ ਕਹਿੰਦੀ ਸਤ ਬਚਨ। ਘਰਦਿਆਂ ਨਾਲ ਸਲਾਹ ਕਰ ਲਈ, ਪਿਤਾ ਨਾਲ ਸਲਾਹ ਕੀਤੀ, ਕਹਿੰਦੇ ਧੀਏ ਠੀਕ ਆ। ਉਹ ਕਹਿੰਦੀ ਜੀ ਸਤਿਗੁਰਾਂ ਦੀ ਆਗਿਆ ਵੀ ਸਾਰਿਆਂ ਨੂੰ ਬੁਲਾਉਣਾ, ਕੋਈ ਨਾ ਰਵੇ। ਪਿਤਾ ਜੀ ਕਹਿਣ ਲੱਗੇ ਧੀਏ ਬੁਲਾਵਾਂਗੇ ਤੇ ਸਾਰਿਆਂ ਨੂੰ, ਪਰ ਇੱਕ ਫਿਕਰ ਵਾਲੀ ਗੱਲ ਆ। ਕਹਿੰਦੇ ਉਹ ਕਿਹੜੀ? ਕਹਿੰਦੇ ਆਪਣੇ ਇਲਾਕੇ ਚ ਗੋਰਖਨਾਥ ਆਇਆ, ਉਹਦੇ ਹਜ਼ਾਰਾਂ ਹੀ ਚੇਲੇ ਆ, ਉਹਨਾਂ ਨੂੰ ਕਿੱਦਾਂ ਛਕਾਵਾਂਗੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਿਆਂ ਨੂੰ ਕਿੱਦਾਂ ਛਕਾਵਾਂਗੇ? ਕਹਿੰਦੇ ਸਤਿਗੁਰੂ ਕਹਿੰਦੇ ਸਾਰਿਆਂ ਨੂੰ ਸੱਦਾ ਦੇਣਾ ਤੇ ਘਾਟਾ ਨਹੀਂ ਪੈਣਾ, ਬਰਕਤ ਹੀ ਰਹੂਗੀ, ਇਹ ਸਤਿਗੁਰਾਂ ਦਾ ਹੁਕਮ ਆ। ਰੂਪਵਤੀ ਕਹਿੰਦੀ, ਕਹਿੰਦੇ ਧੀਏ ਉਹ ਕਰਾਮਾਤੀ ਬੜਾ ਆ। ਕਹਿੰਦੇ ਬਸ ਤੁਸੀਂ ਜਾ ਕੇ ਸੱਦਾ ਦਿਓ। ਸਾਰਿਆਂ ਨੂੰ ਦੇਤਾ ਸੱਦਾ। ਜਦੋਂ ਗੋਰਖਨਾਥ ਦੇ ਕੋਲ ਗਿਆ ਨਾ ਰੂਪਵਤੀ ਦਾ ਪਿਤਾ, ਗੋਰਖਨਾਥ ਕਹਿੰਦਾ ਬਈ ਕਿੰਨੀ ਕੁ ਮਾਇਆ ਵਾਲਾ ਤੂੰ? ਕਹਿੰਦਾ ਜੀ ਹੈ ਤੇ ਮੈਂ ਗਰੀਬੜਾ ਜਿਹਾ ਆ। ਕਹਿੰਦਾ ਮੈਨੂੰ ਸੱਦਣ ਤੋਂ ਤੇ ਰਾਜੇ ਮਹਾਰਾਜੇ ਡਰਦੇ ਆ, ਤੂੰ ਮੇਰੇ ਚੇਲਿਆਂ ਨੂੰ ਰਜਾ ਲਊਗਾ? ਮੈਨੂੰ ਰਜਾ ਲੂ? ਮਨ ਡਰ ਗਿਆ ਵੀ ਕਿਤੇ ਉਹੀ ਗੱਲ ਨਾ ਹੋਵੇ। ਕਹਿੰਦਾ ਚਲੋ ਜੀ ਪੱਕੀ ਸਲਾਹ ਕਰਕੇ ਦੱਸ ਦਿੰਦੇ। ਵਾਪਸ ਮੁੜਿਆ ਅਰੂਪਤੀ ਨੂੰ ਆ ਕੇ ਕਹਿੰਦਾ ਧੀਏ ਸਾਰਿਆਂ ਨੂੰ ਸੱਦਾ ਦੇ ਦਿੱਤਾ, ਗੋਰਖਨਾਥ ਨੂੰ ਨਹੀਂ ਦਿੱਤਾ, ਉਹਦੇ ਕੋਲ ਹੋ ਕੇ ਮੈਂ ਆ ਗਿਆ। ਉਹ ਕਹਿੰਦੀ ਉਹਨਾਂ ਨੂੰ ਕਿਉਂ ਨਹੀਂ ਦਿੱਤਾ? ਕਹਿੰਦਾ ਡਰ ਲੱਗਦਾ ਕਿਤੇ ਥੋੜ ਨਾ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਕੋਈ ਮਾੜਾ ਧੀ ਦਾ ਬੰਦਾ ਮੈਨੂੰ ਰਜਾ ਨਹੀਂ ਸਕਦਾ। ਉਹ ਕਹਿੰਦੀ ਵੀ ਗੱਲ ਏਦਾਂ ਆ, ਜਾਂ ਤੇ ਸਤਿਗੁਰਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਪੈਣਾ ਜਾਂ ਗੋਰਖਨਾਥ ਦੇ, ਇੱਕ ਜਾਣੇ ਨੂੰ ਚੁਣ ਲਓ, ਇੱਕ ਜਾਣੇ। ਉਹ ਕਹਿੰਦੀ ਫਿਰ ਇੱਕ ਤੇ ਰੂਪਵਤੀ ਦਾ ਪਿਤਾ ਕਹਿੰਦਾ ਵੀ ਇੱਕ ਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਆ, ਉਹਨਾਂ ਦੀ ਮੰਨਣੀ ਆ। ਕਹਿੰਦੀ ਜੀ ਉਹਨਾਂ ਦੀ ਮੰਨਣੀ ਤੇ ਜਾ ਕੇ ਸੱਦਾ ਦੇ ਆਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਦਾ ਦੇ ਹੁਣ ਤੁਰਿਆ ਜਾਂਦਾ ਆ, ਮਨ ਡਰਦਾ ਵੀ ਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਵੀ ਕਰੀ ਜਾਂਦਾ। ਸਤਿਗੁਰੂ ਜੀ ਮਨ ਡਰਦਾ ਆ, ਇਹ ਡੋਲੀ ਜਾਂਦਾ, ਇਹਨੂੰ ਅਡੋਲ ਕਰਦਾ, ਇੰਨੀ ਕੁ ਕਿਰਪਾ ਕਰੋ ਮੇਰੇ ਤੇ ਕਿ ਮੇਰਾ ਮਨ ਅਡੋਲ ਹੋ ਜਾਵੇ, ਮੈਂ ਕਿਤੇ ਡੋਲਾਂ ਨਾ। ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਉਹ ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਕਦੇ ਵੀ ਡੋਲੇ।
ਐਸੀ ਕਿਰਪਾ ਕਰਿਓ। ਲੋ ਅਰਦਾਸਾਂ ਕਰਦੇ ਕਰਦੇ ਦਾ ਮਨ ਅਡੋਲ ਹੋ ਗਿਆ, ਜਾ ਕੇ ਕਹਿੰਦਾ ਗੋਰਖਨਾਥ ਜੀ ਨੂੰ, ਲੋ ਜੀ ਤੁਸੀਂ ਵੀ ਆਉਣਾ ਆ, ਆਹ ਦਿਨ ਪੱਕਾ ਕੀਤਾ। ਕਹਿੰਦੇ ਠੀਕ ਆ, ਭੰਡਾਰੇ ਵਾਲਾ ਦਿਨ ਆਇਆ। ਰੂਪਤੀ ਨੂੰ ਕਹਿੰਦੇ ਧੀਏ ਜੋ ਜੋ ਬਣਾਉਣਾ ਦੱਸ ਦੇ। ਉਹ ਕਹਿੰਦੀ ਬਸ ਜੋ ਜੋ ਵੀ ਤਿਆਰ ਕਰਨਾ, ਜਿਹੜਾ ਜਿਹੜਾ ਵੀ ਪਦਾਰਥ, ਇੱਕ ਇੱਕ ਪਤੀਲਾ ਬਣਾਉਣਾ। ਕਹਿੰਦੇ ਹੱਦ ਹੋ ਗਈ, ਇੰਨੇ ਸਾਧੂ ਸੰਤ ਆਉਣੇ, ਗੋਰਖਨਾਥ ਦੇ ਹਜ਼ਾਰਾਂ ਚੇਲਾ, ਇੱਕ ਪਤੀਲੇ ਚੋਂ ਰਜਾਦ ਮਾਂਗੇ। ਕਹਿੰਦੇ ਬਸ ਤੁਸੀਂ ਜੋ ਮੈਂ ਕਹਿ ਰਹੀ ਉਹ ਕਰੋ, ਕਿਉਂਕਿ ਮੈਨੂੰ ਜੋ ਸਤਿਗੁਰੂ ਕਹਿੰਦੇ ਮੈਂ ਉਹ ਦੱਸ ਰਹੀ ਤੁਹਾਨੂੰ ਆਪੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੇ ਪਦਾਰਥ ਬਣਾਉਣੇ ਸੀ, ਇੱਕ ਇੱਕ ਪਤੀਲਾ ਤਿਆਰ ਕਰ ਲਿਆ, ਪ੍ਰਸ਼ਾਦੇ ਵੀ ਤਿਆਰ ਹੋ ਰਹੇ ਆ, ਸਾਧੂ ਸੰਤ ਆਉਣੇ ਸ਼ੁਰੂ ਹੋ ਗਏ, ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰਤਾ। ਸਾਰੇ ਛੱਕ ਗਿਆ, ਗੋਰਖਨਾਥ ਆਪਣੇ ਚੇਲਿਆਂ ਦੇ ਸਮੇਤ ਆ ਗਿਆ, ਹਜ਼ਾਰਾਂ ਹੀ ਚੇਲਾ। ਬੜੀ ਤਕੜੀ ਪੰਗਤ ਲੱਗ ਗਈ, ਰੂਪਤੀ ਨੂੰ ਬੁਲਾਇਆ, ਲੈ ਕਹਿੰਦੇ ਪਤੀਲਿਆਂ ਕੋ ਹੁਣ ਤੂੰ ਹੀ ਖੜੀ ਹੋ ਜਾ, ਕੋ ਸਤਨਾ ਸ਼੍ਰੀ ਵਾਹਿਗੁਰੂ। ਸਾਰੇ ਪਤੀਲਿਆਂ ਤੇ ਕੱਪੜਾ ਪਾਤਾ ਜੀ, ਰੂਪਤੀ ਬਾਲਟੀਆਂ ਦੇ ਵਿੱਚ ਜੋ ਜੋ ਵੀ ਵਰਤਾਵੇ ਲੈ ਕੇ ਆਉਂਦੇ ਸੀ ਬਰਤਨ, ਉਹਦੇ ਵਿੱਚ ਪਾਈ ਜਾਂਦੀ ਆ, ਦਾਲ ਵੀ ਸਬਜ਼ੀ ਵੀ ਪ੍ਰਸ਼ਾਦੇ ਵੀ ਦਈ ਜਾਂਦੀ ਆ, ਕੱਪੜਾ ਪਾਇਆ ਹੋਇਆ ਟੋਕਰਿਆਂ ਦੇ ਉੱਪਰ ਪ੍ਰਸ਼ਾਦਿਆਂ ਵਾਲਿਆਂ ਦੇ, ਜਿਹੜੀਆਂ ਦਾਲ ਸਬਜ਼ੀਆਂ ਦੇ ਜਿਹੜੇ ਪਤੀਲੇ ਉਹਨਾਂ ਤੇ ਵੀ ਕੱਪੜਾ ਪਾਇਆ, ਵਰਤਾਈ ਜਾਂਦੀ। ਸਾਰੇ ਚੇਲਿਆਂ ਨੇ ਛਕ ਲਿਆ ਤੇ ਗੋਰਖਨਾਥ ਨੇ ਵੀ ਛਕ ਲਿਆ, ਆਪੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਕੱਪੜਾ ਚੱਕਿਆ, ਫੇ ਭਰੇ ਦੇ ਭਰੇ ਪਤੀਲੇ, ਆਪੋ ਸਤਨਾਮ ਸ੍ਰੀ ਵਾਹਿਗੁਰੂ। ਫੇ ਪਤੀਲੇ ਭਰੇ ਦੇ ਭਰੇ ਹੀ ਆ ਜੀ। ਗੋਰਖਨਾਥ ਬੜਾ ਹੈਰਾਨ ਹੋਇਆ ਕਿ ਜੇ ਮੈਂ ਰਿੱਧੀਆਂ ਸਿੱਧੀਆਂ ਵਰਤਾਂ ਤੇ ਮੈਨੂੰ ਕੋਈ ਰਜਾ ਨਹੀਂ ਸਕਦਾ, ਇੱਥੇ ਵਰਤੀਆਂ ਵੀ ਚੱਲੀਆਂ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਪ੍ਰਸ਼ਾਦਾ ਵਰਤਾਇਆ, ਇੰਨੀ ਦਾਲ ਸਬਜ਼ੀ, ਮੈਂ ਦੇਖਾਂ ਤਾਂ ਸੀ ਬਣਾਇਆ ਕਿੰਨਾ ਕਿਆ, ਜਦੋਂ ਜਾ ਕੇ ਦੇਖਿਆ ਸਾਰੇ ਪਦਾਰਥਾਂ ਦਾ ਇੱਕ ਇੱਕ ਪਤੀਲਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈਰਾਨ ਰਹਿ ਗਿਆ ਦੇਖ ਕੇ, ਰੂਪਤੀ ਬੜੀ ਖੁਸ਼ ਆ, ਕਹਿੰਦੀ ਸਤਿਗੁਰੂ ਭਾਵੇਂ ਕਾਂਛੀ ਵਿੱਚ ਬੈਠੇ ਆ, ਪਰ ਮੇਰੇ ਅੰਗ ਸੰਗ ਵੀ ਆ, ਉਹ ਮੇਰੀਆਂ ਸਾਰੀਆਂ ਦਿਲਾਂ ਦੀਆਂ ਜਾਣਦੇ ਆ। ਮੇਰੇ ਸਤਿਗੁਰ ਬਾਚੋਂ ਜੀ ਹੋਰ ਕੌਣ ਦਿਲਾਂ ਦੀਆਂ ਜਾਣ, ਮੇਰੇ ਸਤਿਗੁਰ ਬਾਚੋਂ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਾਚੋਂ ਗੋਰਖਨਾਥ ਆ ਕੇ ਕਹਿੰਦਾ ਆਹ ਹੀ ਬਣਾਇਆ, ਇਹ ਘਟਿਆ ਨਹੀਂ, ਇਹ ਮੁੱਕਿਆ ਨਹੀਂ। ਰੂਪਤੀ ਕਹਿੰਦੀ ਜਿਹਦੀ ਰਾਖੀ ਕਰਨ ਵਾਲੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਹੋਣ, ਉਹਨੂੰ ਤੋਟ ਨਹੀਂ ਆ ਸਕਦੀ, ਉਹਨੂੰ ਤੋਟ ਕਦੇ ਨਾ ਆਵੇ ਜਿਸਦਾ ਰੱਖਦਾ ਹੈ ਤੋ
ਉਹਨੂੰ ਕਦੀ ਤੋੜ ਨਹੀਂ ਆ ਸਕਦੀ ਜਿਹਦੀ ਰੱਖਿਆ ਕਰਨ ਵਾਲੇ ਗੁਰੂ ਰਵਿਦਾਸ ਮਹਾਰਾਜ ਜੀ ਐਸੇ ਸਤਿਗੁਰੂ। ਅੱਛਾ ਹੁਣ ਅਖੀਰ ਦੀ ਪਰਖੀ ਆ ਜਾਏ, ਕਹਿੰਦੇ ਰੂਪਵਤੀ ਆ ਮੇਰੀ ਚਿੱਪੀ ਆ ਚਿੱਪੀ, ਇਹਨੂੰ ਦੁੱਧ ਨਾਲ ਭਰ ਸਕਦੀ? ਉਹ ਕਹਿੰਦੀ ਨਹੀਂ। ਕਹਿੰਦੇ ਹਾਰ ਗਈ? ਕਹਿੰਦੀ ਨਹੀਂ, ਮੈਂ ਨਹੀਂ ਭਰ ਸਕਦੀ, ਮੇਰੇ ਸਤਿਗੁਰੂ ਭਰ ਸਕਦੇ। ਆਖੋ ਸਤਿਗੁਰੂ, ਸ੍ਰੀ ਵਾਹਿਗੁਰੂ, ਸਤਿਗੁਰੂ ਕਿਰਪਾ ਕਰਨ ਤੇ ਇਹ ਤੇਰੀ ਚਿੱਪੀ ਭਰ ਜਾਊਗੀ। ਕਹਿੰਦੇ ਸੁਣ ਲਾ, ਇਹਦੇ ਵਿੱਚ ਬੜਿਆਂ ਲੋਕਾਂ ਨੇ ਬੜਾ ਬੜਾ ਦੁੱਧ ਪਾ ਲਿਆ, ਇਹ ਐਡੀ ਕਰਾਮਾਤੀ ਚਿੱਪੀ ਆ, ਇਹ ਅੱਜ ਤੱਕ ਭਰੀ ਨਹੀਂ, ਭਰ ਦੇਗੀ। ਕਹਿੰਦੀ ਸਤਿਗੁਰੂ ਕਿਰਪਾ ਕਰਨ ਭਰ ਜਾਊ ਚਿੱਪੀ। ਕਹਿੰਦੇ ਜੇ ਤੇ ਭਰ ਗਈ ਫੇਰ ਤੇ ਤੇਰੇ ਗੁਰੂ ਨੂੰ ਮੈਂ ਵੀ ਮੰਨੂਗਾ, ਜੇ ਨਾ ਭਰੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਛੱਡ ਕੇ ਮੇਰੇ ਚਰਨੀ ਡਿੱਗਣਾ ਪੈਣਾ। ਆਖੋ ਸਤਿਗੁਰੂ, ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਚਰਨਾਂ ਚ ਉਹਨੇ ਅਰਦਾਸ ਕੀਤੀ, ਆਪਣੀ ਸਹੇਲੀ ਨੂੰ ਬੁਲਾਇਆ, ਕਹਿੰਦੀ ਜਿਹੜੀ ਗੜਬੀ ਦੇ ਵਿੱਚ ਕੋਈ ਘਰੋਂ ਦੁੱਧ ਲੈ ਕੇ ਆਉਂਦਾ ਸੀ ਉਹ ਲੈ ਕੇ ਆ, ਉਹ ਲੈ ਆਈ, ਛੋਟੀ ਜੀ ਗੜਬੀ ਆ, ਚਿੱਪੀ ਏਡੀ ਵੱਡੀ ਆ। ਜਦੋਂ ਚਿੱਪੀ ਫੜੀ ਕਹਿੰਦਾ ਪਾਉਣ ਲੱਗੀ ਆ ਤੇ ਗੋਰਖ ਨਾਥ ਹੱਸ ਪਿਆ, ਕਹਿੰਦਾ ਕਮਲੀਏ ਤੇਰੀ ਗੜਬੀ ਛੋਟੀ ਜੀ ਚਿੱਪੀ ਵੱਡੀ ਆ, ਇਹਦੇ ਵਿੱਚ ਪਤੀਲਿਆਂ ਦੇ ਪਤੀਲੇ ਦੁੱਧ ਦੇ ਪੈ ਗਏ ਤਾਂ ਨੀ ਭਰੀ, ਤੇਰੀ ਛੋਟੀ ਜੀ ਗੜਬੀ ਕੀ ਭਰ ਦੂ ਇਹਨੂੰ। ਆਪੋ ਸਤਨਾਮ, ਸ੍ਰੀ ਵਾਹਿਗੁਰੂ। ਕਹਿੰਦੇ ਰੂਪਵਤੀ ਨੇ ਸਤਿਗੁਰਾਂ ਦੇ ਚਰਨਾਂ ਚ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਏਦਾਂ ਧਾਰ ਬੰਨ ਕੇ ਗੜਬੀ ਚ ਦੁੱਧ ਪਾਉਣਾ ਸ਼ੁਰੂ ਕੀਤਾ, ਚਿੱਪੀ ਉੱਪਰ ਤੱਕ ਭਰ ਗਈ ਗੜਬੀ ਚ, ਫੇਰ ਬਚਿਆ ਰਹਿ ਗਿਆ ਦੁੱਧ। ਆਪੋ ਸਤਨਾਮ, ਸ੍ਰੀ ਵਾਹਿਗੁਰੂ। ਸਾਰੇ ਹਰਾਨ ਤੇ ਰੂਪਵਤੀ ਇੰਨੀ ਖੁਸ਼ ਆ ਸਤਿਗੁਰਾਂ ਤੇ, ਸਾਰਿਆਂ ਨੂੰ ਕਹਿ ਰਹੀ ਆ ਇਹ ਲੀਲਾ ਸਤਿਗੁਰੂ ਵਰਤਾ ਰਹੇ ਆ ਕਾਂਛੀ ਵਿੱਚ ਬੈਠੇ, ਪਰ ਸਮਝ ਕਿਸੇ ਦੇ ਨਹੀਂ ਆਉਂਦੀ, ਗੋਰਖ ਨਾਥ ਦੇ ਵੀ ਸਮਝ ਵਿੱਚ ਨਹੀਂ ਆਈ। ਲੀਲਾ ਮੇਰੇ ਸਤਿਗੁਰ ਦੀ ਆਵੇ ਨਾ ਸਮਝ ਕਿਸੇ, ਲੀਲਾ ਮੇਰੇ ਸਤਿਗੁਰ ਦੀ ਆਵੇ ਨਾ ਸਮਝ ਕਿਸੇ, ਲੀਲਾ ਮੇਰੇ ਸਤਿਗੁਰ ਦੀ ਆਵੇ ਨਾ ਸਮਝ ਕਿਸੇ ਨੂੰ, 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 ਆਵੇ ਨਾ ਸਮਝ, ਆਵੇ ਨਾ ਸਮਝ ਕਿਸੇ ਨੂੰ, 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 ਲੀਲਾ ਮੇਰੇ ਸਤਿਗੁਰ ਦੀ ਆਵੇ ਨਾ ਸਮਝ ਕਿਸੇ ਨੂੰ, ਲੀਲਾ ਮੇਰੇ ਸਤਿਗੁਰ ਦੀ ਆਵੇ ਨਾ ਸਮਝ ਕਿਸੇ ਨੂੰ, ਲੀਲਾ ਮੇਰੇ ਸਤਿਗੁਰ ਦੀ ਆਵੇ ਨਾ ਸਮਝ ਕਿਸੇ ਨੂੰ, ਲੀਲਾ ਮੇਰੇ ਸਤਿਗੁਰ ਦੀ ਐਡਾ ਰਿੱਧੀਆਂ ਸਿੱਧੀਆਂ ਦਾ ਮਾਲਕ ਗੋਰਖ ਨਾਥ ਵੀ ਜਿਹੜਾ ਸੀ ਉਹਨੂੰ ਵੀ ਮੰਨਣਾ ਪਿਆ ਕਿ ਧਾਨਿਆ ਰੂਪਤੀ ਤੂੰ ਤੇ ਧਾਨਿਆ ਤੇਰੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ, ਮੰਨਣਾ ਪਿਆ ਜੇ ਸਤਿਗੁਰੂ ਧਾਨਿਆ ਤੇ ਸਤਿਗੁਰਾਂ ਨਾਲ ਪਿਆਰ ਕਰਨ ਵਾਲੇ ਉਹਨਾਂ ਦੇ ਪਿਆਰੇ ਵੀ ਧਾਨੇ। ਆਖੋ ਸਤਿਗੁਰ, ਸ੍ਰੀ ਵਾਹਿਗੁਰੂ। ਜਿਹਨਾਂ ਜਿਹਨਾਂ ਨੇ ਸਤਿਗੁਰਾਂ ਨਾਲ ਪਿਆਰ ਕੀਤਾ ਸਤਿਗੁਰਾਂ ਦੇ ਨਾਲ ਨਾਲ ਉਹ ਪਿਆਰਿਆਂ ਦੀ ਵੀ ਵਡਿਆਈ ਹੁੰਦੀ,
ਜੇ ਸਤਿਗੁਰਾਂ ਦੀ ਵਡਿਆਈ ਸਦਾ ਹੀ ਚੱਲੇਗੀ ਤੇ ਸਤਿਗੁਰਾਂ ਦੇ ਪਿਆਰਿਆਂ ਦੀ ਵਡਿਆਈ ਵੀ ਸਦਾ ਹੀ ਚੱਲੇਗੀ। ਆਖੀ ਸਤਿਨਾਮ ਸ੍ਰੀ ਵਾਹਿਗੁਰੂ।